ਆਮ ਲੋਕਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਕਈ ਟੋਲ ਪਲਾਜ਼ਿਆਂ ਤੇ ਤੁਹਾਨੂੰ ਟੋਲ ਨਹੀਂ ਦੇਣਾ ਪੈਣਾ। ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ। NHAI ਦੀ ਨਵੀਂ ਪ੍ਰਣਾਲੀ ਦੇ ਤਹਿਤ ਹੁਣ ਟੋਲ ਗੇਟਾਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਆਖਰ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਤੇ ਪੂਰਾ ਫੈਸਲਾ ਕੀ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ, ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਹੁਣ ਕਈ ਟੋਲ ਪਲਾਜ਼ੇ ਜਿੱਥੇ ਸੜਕਾਂ ਖਰਾਬ ਨੇ ਤਾਂ ਉੱਥੇ ਤੁਹਾਡੇ ਕੋਲੋਂ ਟੋਲ ਵੀ ਨਹੀਂ ਵਸੂਲਿਆ ਜਾਵੇਗਾ। ਦਰਅਸਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਜਿਨ੍ਹਾਂ ਨੇ ਖਰਾਬ ਸੜਕਾਂ ਤੇ ਟੋਲ ਵਸੂਲਣ ਵਾਲਿਆਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚੰਗੀਆਂ ਸੜਕਾਂ ਤੇ ਸੇਵਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਟੋਲ ਟੈਕਸ ਵਸੂਲਣਾ ਵੀ ਗਲਤ ਹੈ। ਯਾਨੀ ਕਿ ਹੁਣ ਜਿੱਥੇ ਕੋਈ ਸੜਕ ਖਰਾਬ ਹੈ ਤਾਂ ਉੱਥੇ ਤੁਹਾਡੇ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ। ਨਿਤਿਨ ਗਡਕਰੀ ਜਿਨ੍ਹਾਂ ਵੱਲੋਂ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ, ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸੜਕਾਂ ਖਰਾਬ ਨੇ ਉੱਥੇ ਟੋਲ ਵੀ ਨਹੀਂ ਵਸੂਲਿਆ ਜਾਣਾ। ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਟੋਲ ਪਲਾਜ਼ਿਆਂ ਤੇ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਉਸ ਤੇ ਵੀ ਚਿੰਤਾ ਪ੍ਰਗਟਾਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ NHAI ਨਵੀਂ ਪ੍ਰਣਾਲੀ ਦੇ ਤਹਿਤ ਟੋਲ ਗੇਟਾਂ ਨੂੰ ਹੁਣ ਹਟਾਉਣ ਦੀ ਵੀ ਤਿਆਰੀ ਕਰ ਰਿਹਾ। ਇਸ ਦੇ ਨਾਲ ਹੀ ਦੱਸ ਦੀ ਕਿ ਹੁਣ ਜਿੱਥੇ ਵੀ ਸੜਕਾਂ ਖਰਾਬ ਨੇ, ਜੇਕਰ ਤੁਹਾਨੂੰ ਸਾਫ਼ ਸੁਥਰੀਆਂ ਅਤੇ ਚੰਗੀਆਂ ਸੜਕਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਤੁਹਾਡੇ ਕੋਲੋਂ ਟੋਲ ਵੀ ਨਹੀਂ ਲਿਆ ਜਾਵੇਗਾ। ਜਿੱਥੇ ਕਿਤੇ ਸੜਕ ਖਰਾਬ ਹੈ, ਟੁੱਟੀ ਹੋਈ ਹੈ, ਉੱਥੇ ਤੁਸੀਂ ਟੋਲ ਨਹੀਂ ਦੇਣਾ। ਤਾਂ ਇਸ ਨੂੰ ਲੈ ਕੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿੱਥੇ ਸੜਕ ਖਰਾਬ ਹੈ ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ। ਤਾਂ ਇਹ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ, ਜਿੱਥੇ ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਹੁਕਮ ਸੁਣਾ ਦਿੱਤਾ ਗਿਆ ਕਿ ਜਿੱਥੇ ਵੀ ਹੁਣ ਸੜਕਾਂ ਟੁੱਟੀਆਂ ਹੋਈਆਂ ਨੇ, ਖਰਾਬ ਸੜਕਾਂ ਨੇ, ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ। ਆਮ ਲੋਕਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਕਈ ਟੋਲ ਪਲਾਜ਼ਿਆਂ ਤੇ ਤੁਹਾਨੂੰ ਟੋਲ ਨਹੀਂ ਦੇਣਾ ਪੈਣਾ। ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ। NHAI ਦੀ ਨਵੀਂ ਪ੍ਰਣਾਲੀ ਦੇ ਤਹਿਤ ਹੁਣ ਟੋਲ ਗੇਟਾਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਆਖਰ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਤੇ ਪੂਰਾ ਫੈਸਲਾ ਕੀ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ, ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਹੁਣ ਕਈ ਟੋਲ ਪਲਾਜ਼ੇ ਜਿੱਥੇ ਸੜਕਾਂ ਖਰਾਬ ਨੇ ਤਾਂ ਉੱਥੇ ਤੁਹਾਡੇ ਕੋਲੋਂ ਟੋਲ ਵੀ ਨਹੀਂ ਵਸੂਲਿਆ ਜਾਵੇਗਾ। ਦਰਅਸਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਜਿਨ੍ਹਾਂ ਨੇ ਖਰਾਬ ਸੜਕਾਂ ਤੇ ਟੋਲ ਵਸੂਲਣ ਵਾਲਿਆਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚੰਗੀਆਂ ਸੜਕਾਂ ਤੇ ਸੇਵਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਟੋਲ ਟੈਕਸ ਵਸੂਲਣਾ ਵੀ ਗਲਤ ਹੈ। ਯਾਨੀ ਕਿ ਹੁਣ ਜਿੱਥੇ ਕੋਈ ਸੜਕ ਖਰਾਬ ਹੈ ਤਾਂ ਉੱਥੇ ਤੁਹਾਡੇ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ। ਨਿਤਿਨ ਗਡਕਰੀ ਜਿਨ੍ਹਾਂ ਵੱਲੋਂ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ, ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸੜਕਾਂ ਖਰਾਬ ਨੇ ਉੱਥੇ ਟੋਲ ਵੀ ਨਹੀਂ ਵਸੂਲਿਆ ਜਾਣਾ। ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਟੋਲ ਪਲਾਜ਼ਿਆਂ ਤੇ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਉਸ ਤੇ ਵੀ ਚਿੰਤਾ ਪ੍ਰਗਟਾਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ NHAI ਨਵੀਂ ਪ੍ਰਣਾਲੀ ਦੇ ਤਹਿਤ ਟੋਲ ਗੇਟਾਂ ਨੂੰ ਹੁਣ ਹਟਾਉਣ ਦੀ ਵੀ ਤਿਆਰੀ ਕਰ ਰਿਹਾ। ਇਸ ਦੇ ਨਾਲ ਹੀ ਦੱਸ ਦੀ ਕਿ ਹੁਣ ਜਿੱਥੇ ਵੀ ਸੜਕਾਂ ਖਰਾਬ ਨੇ, ਜੇਕਰ ਤੁਹਾਨੂੰ
ਸਾਫ ਸੁਥਰੀਆਂ ਤੇ ਚੰਗੀਆਂ ਸੜਕਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਤੁਹਾਡੇ ਕੋਲੋਂ ਟੋਲ ਵੀ ਨਹੀਂ ਲਿਆ ਜਾਵੇਗਾ। ਜਿੱਥੇ ਕਿਤੇ ਸੜਕ ਖਰਾਬ ਹੈ, ਟੁੱਟੀ ਹੋਈ ਹੈ, ਉੱਥੇ ਤੁਸੀਂ ਟੋਲ ਨਹੀਂ ਦੇਣਾ। ਤਾਂ ਇਸ ਨੂੰ ਲੈ ਕੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿੱਥੇ ਸੜਕ ਖਰਾਬ ਹੈ ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ। ਤਾਂ ਇਹ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ, ਜਿੱਥੇ ਸਾਫ ਸਾਫ ਸ਼ਬਦਾਂ ਦੇ ਵਿੱਚ ਹੁਕਮ ਸੁਣਾ ਦਿੱਤਾ ਗਿਆ ਕਿ ਜਿੱਥੇ ਵੀ ਹੁਣ ਸੜਕਾਂ ਟੁੱਟੀਆਂ ਹੋਈਆਂ ਨੇ, ਖਰਾਬ ਸੜਕਾਂ ਨੇ, ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ।